ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜ਼ਿਮਨੀ ਚੋਣਾਂ ਵੀ ਆ ਰਹੀਆਂ ਨੇ ਔਰ ਪੰਜਾਬ ਦੀ ਸਿਆਸਤ ਉਭਾਰ ਮਾਰ ਰਹੀ ਹੈ। ਉਭਾਰ ਇਸ ਕਰਕੇ ਵੀ ਮਾਰ ਰਹੀ ਹੈ ਕਿਉਂਕਿ ਕੱਲ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਈਆ ਐਲਾਨਿਆ ਗਿਆ ਹੈ, ਤਾਂ ਅਕਾਲੀ ਦਲ ਦਾ ਬਣੇਗਾ ਕੀ? ਗੱਲਬਾਤ ਕਰ ਲੈਂਦੇ ਹਾਂ ਸੁਨੀਲ ਜਾਖੜ ਹੋਰਾਂ। ਜਾਖੜ ਸਾਹਿਬ, ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕੱਲ ਤਨਖਈਆ ਕਰਾਰ ਦਿੱਤਾ ਗਿਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ। ਸਭ ਤੋਂ ਜ਼ਿਆਦਾ ਤੁਸੀਂ ਮੁੱਦਾ ਚੁੱਕਿਆ ਸੀ, ਚਾਹੇ ਸੈਣੀ ਨੂੰ DGP ਲਗਾਉਣਾ, ਚਾਹੇ ਮਾਫ਼ੀਨਾਮੇ ਨੂੰ ਲੈ ਕੇ, ਔਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਤਨਖਈਆ ਐਲਾਨ ਦਿੱਤਾ ਗਿਆ। ਦੇਖੋ, ਅੱਜ ਦੇ ਦਿਨ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਮਸਲਾ ਹੈ, ਅਤੇ ਉਹਨਾਂ ਨੇ ਆਲਰੇਡੀ ਆਪਣਾ ਫਰਮਾਨ ਸੁਣਾ ਤਾ ਵੀ ਆ ਤਨਖਈਆ ਕਰਾਰ ਕਰਤਾ। ਹੁਣ ਬਾਕੀ ਗੱਲ ਤਾਂ ਸਿਰਫ ਉਹਨਾਂ ਤੇ ਸਜ਼ਾ ਜਿਹੜੀ ਹੈ ਜੋ ਉਹਨਾਂ ਤੇ ਲਾਣਗੇ ਉਹ ਕਰਨਗੇ। ਅਤੇ ਇਸ ਮਸਲੇ 'ਚ ਜਿਸ ਤਰ੍ਹਾਂ ਆਪਾਂ ਨੋਰਮਲ ਲੈਂਗੁਏਜ 'ਚ ਕਹਿ ਦਿੰਦੇ ਹਾਂ ਵੀ ਸਬ ਜੁਡਿਸ ਮਸਲਾ, ਕੁਛ ਕਹਿਣਾ ਠੀਕ ਬਣਦਾ ਨਹੀਂ ਅਦਰਵਾਈਜ਼ ਵੀ, ਕਿਉਂਕਿ ਮੈਂ ਜਿਸ ਅਹੁਦੇ ਤੇ ਬੈਠਾ, ਦੇਖੋ ਪਹਿਲੀ ਗੱਲ ਤਾਂ ਮੈਂ ਪੰਜਾਬੀ ਹਾਂ, ਕਿਸੇ ਵੀ ਪਾਰਟੀ 'ਚ ਜਿੱਥੇ ਵੀ ਮੈਂ ਚਾਹੇ ਹਾਂ, ਪਰ ਅੱਜ ਮੈਂ ਮੇਰਾ ਪੰਜਾਬੀ ਆਉਣਾ, ਮੇਰੀ ਚਿੰਤਾ ਹੈ ਜੋ ਕੁਛ ਹੋ ਰਿਹਾ ਅਕਾਲੀ ਦਲ ਦੇ ਅੰਦਰ ਜਿਸ ਤਰ੍ਹਾਂ ਦੀ ਘਟਨਾ ਵਾਪਰ ਰਹੀ ਹੈ। ਪਰ ਅੱਜ ਦੇ ਦਿਨ ਮੈਂ ਜਦੋਂ ਆ ਸਾਰਾ ਮਸਲਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਕੁਛ ਵੀ ਕਹਿਣਾ ਵੈਸੇ ਵੀ ਸ਼ੋਭਾ ਨਹੀਂ ਦਿੰਦਾ। ਅਤੇ ਦੂਜੀ ਗੱਲ ਹੈ ਵੀ ਮੈਂ ਅੱਜ ਜੋ ਕੁਛ ਵੀ ਕਹੂੰਗਾ ਇਹਨੂੰ ਰਾਜਨੀਤਿਕ ਚਸ਼ਮੇ ਲਾ ਕੇ ਦੇਖਿਆ ਜਾਊਗਾ। ਆਲਰੇਡੀ ਹਰੇਕ ਪਾਰਟੀ ਹੈ ਜਿਹੜੀ ਉੱਠਦੀ ਹੈ ਵੀ RSS ਨੇ ਕਰਾਤਾ ਜੀ, BJP ਨੇ ਕਰਾਤਾ ਜੀ, ਇਹ ਕਰ ਰਹੇ ਉਹ ਕਰ ਰਹੇ, ਆਪਣੇ ਪੀੜ੍ਹੀ ਦੇ ਹੇਠਾਂ ਸੋਟਾ ਮਾਰ ਕੇ ਦੇਖਦੇ ਨਹੀਂ, ਅਤੇ ਕੋਈ ਨਾ ਕੋਈ ਐਕਸਕਿਊਜ਼ ਲੇਮ ਸਕੇਪ ਕੋਟ ਜਿਹਨੂੰ ਕਹਿੰਦੇ, ਕੋਈ ਗੋਟ ਪਾਲਦੇ ਹੈ। ਅਤੇ ਮੈਂ ਅੱਜ ਦੇ ਦਿਨ ਕੁਛ ਕਹਿਣਾ ਨਹੀਂ ਚਾਹੁੰਦਾ, ਪਰੰਤੂ ਇਸ ਮੁੱਦੇ ਦੇ ਉੱਤੇ ਮੈਂ, ਚਲੋ ਉਹ ਜਿਹੜੇ ਲੀਡਰ ਹੈ ਖੁਦ ਪ੍ਰਧਾਨ ਜੀ ਇਹਨਾਂ ਨੂੰ, ਸੁਖਬੀਰ ਜੀ ਨੂੰ ਅਤੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਮੰਤਰੀ ਸਾਹਿਬਾਨ ਸੀ ਉਹਨਾਂ ਨੂੰ ਉਹਨਾਂ ਨੇ ਸਮਨ ਕੀਤਾ ਅਕਾਲ ਤਖ਼ਤ ਸਾਹਿਬ ਨੇ, ਉਹ ਵੀ ਚਿੰਤਤ ਆਪਣੇ ਭਵਿੱਖ ਨੂੰ ਲੈ ਕੇ ਆਉਣਗੇ। ਪਰ ਮੈਂ ਐਜ਼ ਏ ਪੰਜਾਬੀ ਚਿੰਤਤ ਹਾਂ ਸਰ, ਐਜ਼ ਏ ਪੰਜਾਬੀ ਮੇਰੀ ਆਪਣੀ ਚਿੰਤਾਵਾਂ ਹੈ, ਪਰ ਅੱਜ ਦੇ ਦਿਨ ਮੈਂ ਇਸ ਮਸਲੇ 'ਤੇ ਕੁਛ ਵੀ ਕਹਿਣਾ ਠੀਕ ਨਹੀਂ ਸਮਝਦਾ। ਮੈਂ ਮੌਕਾ ਜਦੋਂ ਆਊਗਾ ਆਪਣੀ ਗੱਲ ਕਰੂੰਗਾ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਇਹਨੂੰ, ਮੇਰੀ ਗੱਲ ਨੂੰ, ਇੱਕ ਪੰਜਾਬੀ ਦੀ ਗੱਲ ਨੂੰ ਰਾਜਨੀਤਿਕ ਨਜ਼ਰੀਏ ਨਾਲ ਦੇਖਿਆ ਜਾਵੇ। ਤੁਸੀਂ RSS ਦਾ ਜ਼ਿਕਰ ਕੀਤਾ, ਸੁਖਬੀਰ ਬਾਦਲ ਕਹਿ ਰਹੇ ਨੇ ਕਿ ਜਿਹੜੇ ਬਾਗੀ ਹੋਏ ਨੇ ਚੰਦੂ ਮਾਇਰਾ, ਜਗੀਰ ਕੌਰ, ਇਹ ਸਾਰੇ ਵਾਇਆ ਨਾਗਪੁਰ ਚੱਲ ਰਹੇ ਨੇ, ਨਾਗਪੁਰ ਤੋਂ ਹੁਕਮ ਆ ਰਹੇ ਨੇ, RSS ਇਹਨਾਂ ਨੂੰ ਚਲਾ ਰਹੀ ਹੈ। ਦੇਖੋ, ਨਾ ਤਾਂ ਕੋਈ ਇਹ ਜਿਹੜੇ ਤੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਇਹ ਕੋਈ ਘਾਟ ਛੱਡ ਰਹੇ, ਤੇ ਨਾ ਜਿਹੜੇ ਸੁਧਾਰ ਲਹਿਰ ਲੈ ਕੇ ਚੱਲੇ ਉਹ ਘਾਟ ਛੱਡ ਰਹੇ ਸਾਰਿਆਂ ਨੂੰ। ਉਹ ਮੈਂ ਬੇਨਤੀ ਮੇਰੀ ਆਈ ਹੈ, ਬੜੀ ਵਿਨਮਰ ਤਰੀਕੇ ਨਾਲ ਬੇਨਤੀ ਹੈ ਵੀ ਆਪਣੇ ਪੀੜ੍ਹੇ ਦੇ ਹੇਠਾਂ ਸੋਟਾ ਮਾਰ ਕੇ ਦੇਖੋ ਕਿੱਥੇ ਖੜੇ ਹੋ, ਕਿੱਥੇ ਲੈ ਕੇ ਚੱਲੇ ਹੋ, ਅਤੇ ਉਸ ਮਸਲੇ ਨੂੰ ਐਜ਼ ਅ ਪੰਜਾਬੀ ਮੇਰੀ, ਮੇਰੇ ਖਦਸੇ ਹੈ ਚਾਹੇ ਮੈਂ ਕਿਸੇ ਵੀ ਪਾਰਟੀ 'ਚ ਹਾਂ, ਪਰ ਮੈਂ ਅੱਜ ਦਿਨ ਕੁਛ ਕਹਿਣਾ ਠੀਕ ਨਹੀਂ ਸਮਝਦਾ। ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੇ ਲਈ, ਕਹਿੰਦੇ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ, ਪ੍ਰਧਾਨ ਬਦਲੇਗੇ, ਕੁਛ ਕਹਿੰਦਾ ਹੈ ਕਿ ਨਹੀਂ ਕਹਿੰਦਾ। ਮੈਂ ਇੱਕ ਸਾਲ ਤੋਂ ਜਦੋਂ ਤਕਰੀਬਨ ਮੈਂ ਪ੍ਰਧਾਨ BJP ਦਾ ਬਣਿਆ, ਮੈਂ ਉਸੇ ਦਿਨ ਤੋਂ ਕਹਿੰਦਾ ਆ ਰਿਹਾ ਵੀ ਕੋਈ ਇਹਨਾਂ ਨਾਲ ਸਾਡਾ ਸਮਝੌਤਾ ਹੋਵੇ ਨਾ ਹੋਵੇ, ਦੈਟ ਇਜ਼ ਇਮਟੀਰੀਅਲ, ਇਹਦਾ ਕੋਈ ਮਾਇਨਾ ਨਹੀਂ ਹੈ। ਪਰ ਅਕਾਲੀ ਦਲ ਨੂੰ ਇੱਕ ਦੂਜੀ ਕਿਸੇ ਖੇਤਰੀ ਪਾਰਟੀ ਦੇ ਬਰਾਬਰ ਨਹੀਂ ਤੋਲਿਆ ਜਾ ਸਕਦਾ। ਇੱਥੇ ਤੇਲੰਗਾਨਾ 'ਚ ਇੱਕ ਪਾਰਟੀ ਬਣੀ ਫਿਰਦੀ ਹੈ ਯਾਰ, ਇਹਨਾਂ ਦੇ ਭਾਈਵਾਲ ਹਰਿਆਣੇ 'ਚ ਆਪਦੀ ਬਣਾਈ ਫਿਰਦੇ, ਇਹਨਾਂ ਦਾ ਕੋਈ ਅਕਾਲੀ ਦਲ ਦੇ ਨਾਲ ਕੋਈ ਤੁਲਨਾ ਹੋ ਹੀ ਨਹੀਂ ਸਕਦੀ, ਕਿਉਂਕਿ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਨਾਲ ਨਾਲ ਬੇਸਿਕ ਜਿਹੜਾ ਉਹਦਾ ਫੰਡਾਮੈਂਟਲ ਉਹਦਾ ਜਿਹੜਾ ਜਿਸ ਮੁੱਦੇ 'ਤੇ ਉਹਨੂੰ ਬਣਾਈ ਗਈ ਹੈ ਉਹ ਹੈ ਇੱਕ ਪੰਥ ਦੀ ਰਿਪ੍ਰੈਜੈਂਟੇਟਿਵ ਬੋਡੀ ਹੈ, ਪੋਲੀਟੀਕਲ ਬੋਡੀ ਪੰਥ, ਅਤੇ ਉਹਦੇ ਉੱਤੇ ਜਦੋਂ ਉਹਨਾਂ ਦਾ, ਮੈਂ ਕਿਹਾ ਇਰਰਿਸਪੈਕਟਿਵ ਆਫ ਚਾਹੇ ਉੱਥੇ ਸੁਖਬੀਰ ਬਾਦਲ ਉਹਨਾਂ ਦੇ ਪ੍ਰਧਾਨ ਹੈ ਚਾਹੇ ਨਹੀਂ ਹੈ, ਉਸ ਪਾਰਟੀ ਦਾ ਇੱਕ ਬਣਿਆ ਰਹਿਣਾ, ਇੱਕ ਪੰਥ ਦੀ ਰਾਜਨੀਤਿਕ ਜਮਾਤ ਦਾ ਬਣਿਆ ਰਹਿਣਾ, ਇੱਕ ਮਜ਼ਬੂਤ ਕ੍ਰੈਡੀਬਲ, ਮਜ਼ਬੂਤ ਦੇ ਨਾਲ ਨਾਲ ਕ੍ਰੈਡੀਬਲ
ਜਿਹੜੀ ਹੈ ਲੀਡਰਸ਼ਿਪ ਉੱਥੇ ਹੋਣੀ ਜ਼ਰੂਰੀ ਹੈ, ਕਿਉਂਕਿ ਮੈਂ ਹਮੇਸ਼ਾ ਇੱਕੋ ਵਰਡ ਇਸਤੇਮਾਲ ਕੀਤਾ, ਪੰਜਾਬ ਦੀ ਅਮਨ ਸ਼ਾਂਤੀ ਦੇ ਵਿੱਚ ਅਕਾਲੀ ਦਲ ਇੱਕ ਸੇਫਟੀ ਵਾਲਵ ਦਾ ਕੰਮ ਕਰਦਾ। ਜਿਵੇਂ ਪ੍ਰੈਸ਼ਰ ਕੁੱਕਰ ਦੇ ਉੱਤੇ ਵੀ ਪ੍ਰੈਸ਼ਰ ਜਿਹੜਾ ਉਸ ਚੋਂ ਰਿਲੀਜ਼ ਹੁੰਦਾ, ਉਹ ਸੇਫਟੀ ਵਾਲਵ ਹੈ। ਤੇ ਉਹਨੂੰ ਲੈ ਕੇ ਮੇਰੀ ਚਿੰਤਾ ਪਹਿਲੇ ਦਿਨੋਂ ਵੀ ਹੈ, ਅੱਜ ਵੀ ਹੈ। ਉਸ ਲੀਡਰਸ਼ਿਪ ਘਾਟ ਨੂੰ ਆਉਣ ਦੇਖ ਕੇ ਕਿਸ ਤਰ੍ਹਾਂ ਐਡਰੈਸ ਹੁੰਦਾ ਉਹ ਅੱਗੇ ਸਮਾਂ ਦੱਸੂਗਾ, ਪਰ ਮੇਰੀ ਚਿੰਤਾਵਾਂ ਪਹਿਲੇ ਦਿਨ ਵੀ ਸੀਗੀਆਂ, ਅੱਜ ਵੀ ਹੈਗੀਆਂ। ਉੱਥੇ ਲੀਡਰਸ਼ਿਪ ਨਵਾਂ ਪ੍ਰਧਾਨ ਲਗਾ ਦਿੱਤਾ, ਤੁਹਾਨੂੰ ਲੱਗਦਾ ਹਾਲਾਤ ਬਦਲਣਗੇ? ਸੁਖਬੀਰ ਬਾਦਲ ਨੂੰ ਕਿਹਾ ਜਾਂਦਾ ਸੀ ਕਿ ਇੱਕ ਕੰਪਨੀ ਦੀ ਤਰ੍ਹਾਂ ਪਾਰਟੀ ਚਲਾ ਰਹੇ ਨੇ, ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ, ਸੀਨੀਅਰ ਲੀਡਰ ਨਾਰਾਜ਼ ਹੋ ਜਾਂਦੇ ਨੇ। ਭੁੰਦੜ ਹੋਰਾਂ ਦਾ ਤਜਰਬਾ, ਭੁੰਦੜ ਹੋਰਾਂ ਦੇ ਆਉਣ ਦੇ ਨਾਲ ਹਾਲਾਤ ਬਦਲਣਗੇ, ਜਿਵੇਂ ਕਾਂਗਰਸ ਦੇ ਰਾਹੁਲ ਗਾਂਧੀ ਸਾਈਡ ਹੋਏ ਮਲਿਕਾਰਜਨ ਖੜਗੇ ਅੱਗੇ ਆ ਗਏ। ਦੇਖੋ ਸਮੇਂ ਸਮੇਂ ਦੀ ਗੱਲ ਹੈ ਸਾਹਿਬ, ਇਹ ਸੁਖਬੀਰ ਬਾਦਲ ਹੈ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਇਹਨਾਂ ਦੀ ਪੋਲੀਟੀਕਲ ਐਕਿਊਮਨ ਹੀ ਇੰਨਾ ਹੈ। ਬਾਦਲ ਸਾਹਿਬ ਨੇ ਖੁਦ ਕਿਹਾ ਵੀ ਆਹ ਸੁਖਬੀਰ ਹੈ ਜਿਹਨੇ ਐਡਾ ਵੱਡਾ ਇਹਦਾ ਐਕਸਪੀਰੀਅੰਸ ਹੈ ਵੀ ਆ, ਦੁਬਾਰਾ ਜਦੋਂ ਕੰਟੀਨਿਊਸਲੀ ਸਰਕਾਰ ਜਦੋਂ ਬਣੀ ਹੈ ਦੁਬਾਰਾ 12 ਦੇ ਅੰਦਰ, ਤੇ ਸਾਰਾ ਸਿਹਰਾ ਹੀ ਉਹਨਾਂ ਨੂੰ ਬੰਨੀ ਜਾਂਦਾ ਸੀਗਾ। ਸਮੇਂ ਸਮੇਂ ਦੀ ਗੱਲ ਹੈ ਸਾਹਿਬ, ਪਰ ਇਰਰਿਸਪੈਕਟਿਵ ਚਾਹੇ ਭੁੰਦੜ ਸਾਹਿਬ ਹੈ, ਚਾਹੇ ਸੁਖਬੀਰ ਜੀ ਹੈ, ਚਾਹੇ ਟਿੰਡਸਾ ਸਾਹਿਬ ਹੈ, ਚਾਹੇ ਕੋਈ ਬੀਬੀ ਜੀ ਹੈ, ਲੀਡਰ ਉਹ ਸਾਹਿਬ ਜਿਹਨੂੰ ਲੋਕ ਲੀਡਰ ਮੰਨਣ, ਕ੍ਰੈਡੀਬਿਲਿਟੀ ਵਿਸ਼ਵਸਨੀਤਾ ਜਿਹੜੀ ਹੈ ਉਹ ਸਭ ਤੋਂ ਜ਼ਰੂਰੀ ਹੈ। ਅਗਰ ਬਿਨਾਂ ਵਿਸ਼ਵਸਨੀਤਾ ਤਾਂ ਕਿਸੇ ਨੂੰ ਕੁਰਸੀ ਤੇ ਬਿਠਾ ਦਿਓ ਸਾਹਿਬ। ਅੱਜ ਕੋਈ ਕੁਰਸੀ ਤੇ ਬੈਠ ਕੇ ਆ ਸਮਝਣ ਲੱਗ ਜਾਵੇ ਵੀ ਮੈਂ ਲੀਡਰ ਹੋ ਗਿਆ, ਚੀਫ ਮਿਨਿਸਟਰ ਹੋ ਸਕਦੇ ਹੋ ਸਾਹਿਬ, ਲੀਡਰ ਨਹੀਂ ਬਣ ਸਕਦੇ। ਤੁਸੀਂ ਇੱਕ ਰਾਜਨੀਤਿਕ ਪੋਲੀਟੀਸ਼ੀਅਨ ਦਾ ਜ਼ਰੂਰ ਹੋ, ਦਾਰ ਲੱਗਿਆ ਤੁਹਾਡਾ, ਹਾਲਾਤ ਬਣ ਗਏ, ਤੁਸੀਂ ਕੁਰਸੀ ਤੇ ਬੈਠ ਗਏ। ਹੁਣ ਭਗਵੰਤ ਮਾਨ ਜੀ ਜੇ ਕਹਿਣ ਵੀ ਲੋਕ ਉਹਨਾਂ ਤੇ ਯਕੀਨ ਕਰਦੇ, ਤੇ ਮੈਂ ਤਾਂ ਨਹੀਂ ਸਮਝਦਾ। ਮੇਰੇ ਤਾਂ ਵਿਚਾਰ ਹੋਰ ਹੈ, ਕਿਉਂਕਿ ਚੀਫ ਮਿਨਿਸਟਰ ਦਾ ਪਹਿਲਾਂ ਵੀ ਹੋ ਕੇ ਗਏ, ਕਾਂਗਰਸ ਵਾਲੇ 6 ਮਹੀਨੇ ਰਹਿ ਕੇ ਗਏ, ਉਹਨਾਂ ਨੂੰ ਕੋਈ ਲੋਕ ਵਿਸ਼ਵਸਨੀਤਾ ਸੀਗੀ ਕੋਈ ਨਹੀਂ ਹੋ ਰਹੀ। ਮੈਂ ਕਿਸੇ ਦਾ ਕਿਉਂ ਨਾਮ ਲਈਏ ਸਾਹਿਬ, ਲੋਕ ਜਾਣਦੇ ਆ, ਤੁਲਨਾ ਕਰੋ ਸਾਹਿਬ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜੀ, ਚਾਹੇ ਕਿਸੇ ਲੋਕਾਂ ਦਾ ਵਿਰੋਧ ਸੀ ਨਾ ਸੀ, ਪਰ ਲੋਕ ਉਹਨਾਂ ਨੂੰ ਲੀਡਰ ਮੰਨਦੇ ਸੀਗੇ ਸਾਹਿਬ। ਅੱਜ ਜੇ ਲੀਡਰਸ਼ਿਪ ਦੀ ਘਾਟ ਨਾ ਹੁੰਦੀ ਨਾ ਸਾਹਿਬ, ਤਾਂ ਅੱਜ ਪੰਜਾਬ ਦੇ ਅੰਦਰ ਜਿਹੜੇ ਫੇਰ ਜਿਹੜੇ ਕੱਟਰਵਾਦ ਦੇ ਬੱਦਲ ਉੱਠ ਰਹੇ ਆ, ਨਹੀਂ ਸੀ ਉੱਠਣੇ ਸਰ। ਅਕਾਲੀ ਦਲ ਡਾਊਨ ਹੋਣ ਕਰਕੇ ਅੰਮ੍ਰਿਤਪਾਲ ਹੋਰੀ ਉੱਪਰ ਆਏ ਨੇ। ਮੈਂ ਕਿਸੇ ਦੇਖੋ ਅੱਜ ਜਿਹੜੀ ਕੱਟਰਵਾਦ ਦੀਆਂ ਗੱਲਾਂ ਚੱਲ ਰਹੀਆਂ, ਜਿਸ ਕਿਸਮ ਦੇ ਲੋਕ ਅੱਗੇ ਆ ਗਏ, ਉਹ ਇਹਨਾਂ ਦੀ ਮੈਂ ਸਮਝਦਾ ਇਹਨਾਂ ਦੀ ਕਮਜ਼ੋਰੀ ਹੈ ਸਾਹਿਬ। ਜਿਹੜਾ ਪਹਿਲਾਂ ਜਿਹੜਾ ਟ੍ਰੇਲਰ ਚੱਲਿਆ ਸੀਗਾ ਤੁਸੀਂ ਬਰਨਾਲਾ ਇਲੈਕਸ਼ਨ ਚ ਦੇਖਿਆ, ਉਹਦੇ ਬਾਅਦ ਹੁਣ ਫੇਰ ਆ ਹੋ ਗਿਆ। ਤੇ ਹੁਣ ਜਿਸ ਤਰ੍ਹਾਂ ਦੇ ਹਾਲਾਤ ਹੈ, ਅਗਰ ਭਗਵੰਤ ਮਾਨ ਜੀ ਇਸੇ ਤਰ੍ਹਾਂ ਖੇਡਾਂ ਪੰਜਾਬ ਦੀਆਂ, ਵਤਨ ਪੰਜਾਬ ਦੀਆਂ ਚ ਲੱਗੇ ਰਹੇ, ਤੇ ਸਭ ਦੇਖੋ ਇੱਥੇ ਵੀ ਕੀ ਨਤੀਜੇ ਆਣਗੇ। ਹੁਣ ਗਿੱਦੜਵੇ ਕੀ ਆਉਂਦੇ ਆ, ਬਰਨਾਲੇ ਕੀ ਆਉਂਦੇ ਆ, ਉੱਥੇ ਡੇਰੇ ਕੀ ਆਉਂਦੇ ਆ ਸਭ, ਉੱਥੇ ਕਿਸਮ ਦੇ ਲੋਕ ਜਿਹੜੇ ਉੱਥੋਂ ਬੈਠੇ ਫਰਮਾਨ ਛੱਡ ਰਹੇ ਆ, ਆਸਾਮ ਚੋਂ ਵੀ ਅਸੀਂ ਜਾ ਕੇ ਉੱਥੇ ਤੰਬੂ ਗੱਡ ਦੇਣਾ। ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਸਾਹਿਬ। ਮੈਂ ਇੱਥੋਂ ਉੱਠ ਕੇ ਆਇਆ ਸਰਦਾਰ ਬੇਨ ਸਿੰਘ ਜੀ ਨੂੰ ਸ਼ਰਧਾਂਜਲੀ, ਸੱਚੀ ਸ਼ਰਧਾਂਜਲੀ। ਮੇਰਾ ਮੰਨਣਾ ਆਹ ਹੀ ਹੋਊਗੀ ਵੀ ਸਾਰੇ ਪੰਜਾਬ ਦੇ ਲੋਕ, ਰਾਜਨੀਤਿਕ ਲੀਡਰਾਂ ਤੋਂ ਲੋਕਾਂ ਨੂੰ ਆਸ ਹੈ ਨਹੀਂ, ਪਰ ਅਜੇ ਵੀ ਚੰਗੇ ਲੋਕ ਬੈਠੇ ਹੈ ਹਰੇਕ ਪਾਰਟੀ ਚ, ਕਿਤੇ ਨਾ ਕਿਤੇ ਚੰਗੇ ਲੋਕ ਬੈਠੇ ਹੈ। ਉਹਨਾਂ ਨੂੰ ਆਪਣੀ ਛੋਟੀ ਮੋਟੀ ਨੋਕ ਚੋਂਕ ਛੱਡ ਕੇ ਪੰਜਾਬ ਦਾ ਫਿਕਰ ਕਰਨਾ ਚਾਹੀਦਾ। ਭੁੰਦੜ ਹੋਰੀ ਜਦੋਂ ਆਏ ਨੇ, ਕੀ ਅਕਾਲੀ ਬੀਜੇਪੀ ਦੁਬਾਰਾ 9 ਮਾਹ ਦਾ ਰਿਸ਼ਤਾ ਹੋ ਸਕਦਾ ਨਵੀਂ ਲੀਡਰਸ਼ਿਪ ਦੇ ਨਾਲ? ਜਦੋਂ ਪਹਿਲਾਂ ਉਹ ਆਪਦੀ ਜਾ ਕੇ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋਣ ਸਾਹਿਬ, ਉੱਥੇ ਜਾ ਕੇ ਆਪਣੀ ਸਫਾਈਆਂ ਦੇਣ, ਪਹਿਲਾਂ ਆਪਣੀ ਗਲਤੀਆਂ ਮੰਨਣ। ਅਜਿਹੀ ਤਾਂ ਤੁਸੀਂ ਕਹਿ ਰਹੇ ਹੋ, ਉਹ ਤਾਂ ਸਾਰੇ ਕਹਿ ਰਹੇ ਵੀ ਸਾਰਾ ਮਸਲਾ ਹੀ ਬੀਜੇਪੀ ਨੇ ਕਰਵਾਇਆ, ਫਿਰ ਕਾਹਦਾ ਸਮਝੌਤਾ ਹੈ ਸਾਹਿਬ? ਪਹਿਲਾਂ ਸਪਸ਼ਟ ਹੋ ਜੇ ਤੇ, ਕਿਉਂ ਜਦੋਂ ਅਕਾਲ ਤਖ਼ਤ ਸਾਹਿਬ ਦੇ ਅੰਦਰ ਉਹਨਾਂ ਨੇ ਜਦੋਂ ਪੁੱਛ ਲੈਣਗੇ ਵੀ ਦੱਸੋ ਕਿਹੜੇ ਗੁਨਾਹ ਹੈ, ਉਹਦੇ ਨਾਲ ਆਪੇ ਆਪ ਸਾਰਾ ਕੁਝ ਹੋ ਜਾਊਗਾ ਵੀ ਇਹ ਗੁਨਾਹ ਆਰਐਸਐਸ ਦੇ ਨਾਲ ਮਿਲਣ ਨਾਲ ਗੁਨਾਹ ਸੀਗਾ ਜਾਂ ਜਿਹੜਾ ਉਹ। ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ, ਅੱਜ ਦੇ ਦਿਨ ਕਹਿਣਾ ਬਣਦਾ ਵੀ ਨਹੀਂ, ਪਰ ਆਹ ਤਾਂ ਜਗ ਜ਼ਾਹਿਰ ਹੈ ਸਾਹਿਬ, ਦਿਸ ਇਜ਼ ਰਿਟਨ ਔਨ ਦਾ ਵਾਲ। ਰੌਲਾ ਪੜੋਸ ਚ ਬੈਠਾ ਸਾਹਿਬ, ਪੰਜਾਬ ਦੇ ਪੜੋਸ ਚ, ਸਰਸਾ ਦੂਰ ਹੈ ਨੀ ਸਾਹਿਬ।
ਜੜ ਉਥੋਂ ਹੈ। ਇਹ ਸਾਰੇ ਅਕਾਲੀ ਦਲ ਦੀ ਜੜ ਉਥੋਂ ਨਿਕਲੀ ਹੈ। ਉਹਦੇ ਨਾਲ ਇੱਕ ਮਾੜੇ ਬੰਦੇ ਦਾ ਤੁਸੀਂ ਪਰਛਾਵਾਂ ਹੀ ਮਾੜਾ ਹੁੰਦਾ ਸਰ, ਹੀ ਇਜ਼ ਅ ਬੈਡ ਨਿਊਜ਼। ਉਹਦਾ ਪ੍ਰਕੋਪ ਜਿਹੜਾ ਹੈ ਅੱਜ ਅਕਾਲੀ ਦਲ ਚ, ਕੋਈ ਇਕੱਲੇ ਸੁਖਬੀਰ ਬਾਦਲ ਤਾਂ ਨਹੀਂ, ਸਾਰੇ ਅਕਾਲੀ ਦਲ ਨੂੰ ਇੱਕ ਗਲਤ ਐਲੀਮੈਂਟ ਦੇ ਨਾਲ ਇਹਨਾਂ ਨੇ ਜਿਸ ਕਿਸਮ ਦਾ ਆਪਣਾ ਵਧਾਇਆ ਆਪਣਾ ਫੋਰ ਵਟ ਐਵਰ ਗੇਨ, ਮੈਂ ਤਾਂ ਕਹਿੰਦਾ ਸੀ ਆ ਨੋਟਾਂ ਤੇ ਵੋਟਾਂ ਦੀ ਸਾਂਝ ਹੈ ਜੋ ਵੀ ਹੈ, ਪਰ ਆ ਉਹਦੇ ਨਾਲ ਸਾਂਝ ਜਿਹੜੀ ਹੈ ਮਾੜੀ ਹੀ ਮਾੜੀ ਹੈ, ਇਹਨਾਂ ਵਾਸਤੇ ਵੀ ਮਾੜੀ ਹੈ, ਪੰਜਾਬ ਦੇ ਲੌਂਗ ਰਨ ਦੇ ਅੰਦਰ ਵੀ ਮਾੜੀ ਹੈ। ਜਿਹੜੇ ਇਸ ਕਿਸਮ ਦੀ ਕੱਟਰਵਾਦ ਦੀ ਆਵਾਜ਼ਾਂ ਉੱਠ ਰਹੀਆਂ, ਇਟ ਇਜ਼ ਅਗੇਂਸਟ ਉਸ ਸੋਚ ਦੇ ਖਿਲਾਫ ਹੈ ਸਾਹਿਬ, ਜਿਹਦੇ ਨਾਲ ਇਹਨਾਂ ਨੇ ਜਾ ਕੇ ਜੱਫਾ ਪਾ ਲਿਆ। ਜਦੋਂ ਗਿੱਦੜਬਾਹਾ ਤੋਂ ਡਿੰਪੀ ਹੋਰਾਂ ਨੇ ਛੱਡੀ ਅਕਾਲੀ ਦਲ, ਉਹ ਕਹਿੰਦੇ ਮਨਪ੍ਰੀਤ ਬਾਦਲ ਹੋਰਾਂ ਨਾਲ ਸਾਂਠ ਗਾਂਠ ਹੋ ਗਈ ਸੀ, ਪਰਿਵਾਰਵਾਦ ਭਾਰੀ ਪੈ ਗਿਆ ਯਾਰੀ ਤੇ। ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਬੀਜੇਪੀ ਤੋਂ ਇਲੈਕਸ਼ਨ ਲੜਨਗੇ, ਮਨਪ੍ਰੀਤ ਬਾਦਲ ਅਕਾਲੀ ਦਲ ਚ ਜਾ ਰਹੇ ਨੇ, ਜਾਂ ਮਨਪ੍ਰੀਤ ਬਾਦਲ ਨੂੰ ਤੁਸੀਂ ਇਲੈਕਸ਼ਨ ਲੜਾ ਰਹੇ ਹੋ? ਕਿਉਂਕਿ ਹੁਣ ਇਲੈਕਸ਼ਨ ਜ਼ਿਆਦਾ ਸਮਾਂ ਨਹੀਂ ਬਚਿਆ, ਗਿੱਦੜਬਾਹਾ ਤੋਂ ਪਹਿਲਾਂ ਇਲੈਕਸ਼ਨ ਲੜਦੇ ਰਹੇ ਨੇ। ਕੌਣ ਇਲੈਕਸ਼ਨ ਕਿੱਥੋਂ ਲੜੂਗਾ ਫੈਸਲਾ, ਮੈਂ ਪਹਿਲਾਂ ਵੀ ਵਾਰੀ ਵਾਰੀ ਹੁਣੇ ਇਲੈਕਸ਼ਨ ਹੋ ਕੇ ਹਟੇ ਹੈ, ਆਹ ਫੈਸਲੇ ਇੱਕ ਨੈਸ਼ਨਲ ਪਾਰਟੀ ਹੈ ਦਿੱਲੀ 'ਚ ਬੈਠ ਕੇ ਹੋਣਗੇ, ਅਤੇ ਕਿਉਂਕਿ ਮੈਂ ਤਾਂ ਕਾਫੀ ਅਰਸੇ ਤੋਂ ਬਾਹਰ ਸੀ, ਨਾ ਮੇਰੀ ਮਨਪ੍ਰੀਤ ਜੀ ਨਾਲ ਗੱਲ ਹੋਈ ਹੈ, ਨਾ ਮੇਰੀ ਕਿਸੇ ਹੋਰ ਨਾਲ ਗੱਲ ਹੋਈ ਹੈ। ਕੌਣ ਇੰਟਰਸਟਿਡ ਹੈ ਨਹੀਂ ਹੈ, ਜੋ ਵੀ ਲੋਕ ਇੰਟਰਸਟਿਡ ਹੋਣਗੇ ਉਹਨਾਂ ਦੀ ਗੱਲ ਉੱਥੇ ਹਾਈਕਮਾਂਡ ਦੇ ਸਾਹਮਣੇ ਬੈਠ ਕੇ ਜਿਹਨੂੰ ਕਹਿਣਗੇ ਉਹ ਆਪਣੀ ਡਿਊਟੀ ਨਿਭਾਉਣਗੇ, ਪਰੰਤੂ ਕੋਈ ਵੀ ਲੜੇ ਅੱਜ ਦੇ ਦਿਨ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਐਲੀਮੈਂਟ ਸਿਰ ਚੱਕ ਰਹੇ ਸਾਹਿਬ, ਉਹ ਅਕਾਲੀ ਦਲ ਦੇ ਉਸ ਦਾ ਹੀ ਇਜ਼ ਅ ਬੈਡ ਨਿਊਜ਼, ਚਾਹੇ ਉਹ ਸਰਸੇ ਬੈਠਾ ਚਾਹੇ ਉਹ ਸੁਨਾਰੀਆ ਬੈਠਾ, ਉਹਦਾ ਤਾਂ ਪਰਛਾਵੇਂ ਮਾੜਾ ਮਾੜਾ ਸਾਹਿਬ। ਰਾਜਨੀਤੀ ਦੇ ਅੰਦਰ ਜਿਹੜਾ ਬੰਦਾ ਉਹਦੇ ਨਾਲ ਜਾ ਕੇ ਕਿਤੇ ਨਾ ਕਿਤੇ ਐਸੋਸੀਏਸ਼ਨ ਬਣ ਗਈ, ਉਹ ਇਹਨਾਂ ਤੋਂ ਆ ਜੋ ਕੁਛ ਵਾਪਰ ਰਿਹਾ ਅਕਾਲੀ ਦਲ ਚ ਉਹਦੇ ਤੋਂ ਸਬਕ ਲੈਣਾ ਚਾਹੀਦਾ। ਕਿਉਂਕਿ ਤੁਸੀਂ ਸੂਬੇ ਦੇ ਪ੍ਰਧਾਨ ਹੋ, 4 ਵਜੇ ਇਲੈਕਸ਼ਨ ਆ ਰਹੀ ਹੈ, ਅਕਾਲੀ ਦਲ ਨੇ ਤਿਆਰੀ ਕਸ ਲਈ, ਮੁੱਖ ਮੰਤਰੀ ਭਗਵੰਤ ਮਾਨ ਗਿੱਦੜਬਾਹਾ ਜਾ ਰਹੇ ਨੇ, ਤੁਹਾਡੀ ਪਸੰਦ ਕੀ ਮਨਪ੍ਰੀਤ ਬਾਦਲ ਹੈ ਕਿ ਇਲੈਕਸ਼ਨ ਲੜਨ ਗਿੱਦੜਬਾਹਾ ਤੋਂ? ਦੇਖੋ ਕਿਹਦੀ ਪਸੰਦ ਕੀ ਹੈ, ਜੋ ਪਸੰਦ ਕਹਿ ਦੁਲਨ ਵਈ ਜੋ ਪੀ ਅਮਨ ਬਾਏ, ਉਹ ਜਿਹੜੀ ਹਾਈਕਮਾਂਡ ਨੂੰ ਪਸੰਦ ਹੋਊਗਾ ਉਹ ਹੋਊਗਾ, ਸਾਡੀ ਰਾਏ ਉੱਥੇ ਰੱਖਦੇ ਹਾਂ, ਜਦੋਂ ਪੁੱਛਣ ਕਦੋਂ ਦੱਸਦੇ ਹਾਂ। ਕਦੋਂ ਤੱਕ ਗਿੱਦੜਬਾਹਾ ਨੂੰ ਲੈ ਕੇ ਤੁਸੀਂ ਕਮਰ ਕੱਸ ਰਹੇ ਹੋ, ਮੀਟਿੰਗਾਂ ਸ਼ੁਰੂ ਕਰੋਗੇ? ਸਾਡਾ ਤਾਂ ਆਲਰੇਡੀ ਚੱਲ ਰਿਹਾ ਸਾਹਿਬ, ਚਾਹੇ ਸਦੱਸਿਅਤਾ ਅਭਿਆਨ ਚੱਲ ਰਿਹਾ, ਪਰਸੋਂ ਤੋਂ ਚਾਲੂ ਹੋ ਰਿਹਾ ਜਿਹੜਾ ਅਸੀਂ ਕਰ ਰਹੇ ਹਾਂ, ਉਹ ਤਾਂ ਪੂਰੇ ਪੰਜਾਬ ਦੇ ਅੰਦਰ ਜਾਣਾ ਸਾਹਿਬ, ਜਦੋਂ ਸਦੱਸਿਆ ਬੀਜੇਪੀ ਦੇ ਬਣਾਉਣ ਜਾਵਾਂਗੇ ਤੇ ਗੱਲਬਾਤ ਰਾਜਨੀਤਿਕ ਗੱਲ ਹੈ, ਰਾਜਨੀਤਿਕ ਪਾਰਟੀ ਦੀ ਮੈਂਬਰਸ਼ਿਪ ਹੈ, ਲੋਕ ਬੜਾ ਸੋਚ ਸਮਝ ਕੇ ਮੈਂਬਰਸ਼ਿਪ ਲੈਣਗੇ, ਤੇ ਸਾਡਾ ਟਾਰਗੇਟ ਹੈਗਾ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਵਿਚਾਰਧਾਰਾ ਨਾਲ ਜੁੜਨ, ਜਿਹੜਾ ਕਿ ਆਲਰੇਡੀ ਦੇਖ ਵੀ ਲਿਆ ਜਿਸ ਤਰ੍ਹਾਂ ਇਲੈਕਸ਼ਨ ਦੇ ਅੰਦਰ 18% ਕਰੀਬ ਵੋਟਾਂ ਆਈਆਂ ਤੇ ਲੋਕ ਜੁੜ ਰਹੇ ਸਭ। ਕੇਂਦਰ ਕਹਿੰਦੇ DAP ਦੀ ਘਾਟ ਹੈ, DAP ਨੀ ਪੂਰੀ ਮੁਹੱਈਆ ਕਰਵਾ ਰਹੀ, ਇਸ ਕਰਕੇ ਪੰਜਾਬ ਸਰਕਾਰ ਨੂੰ ਹੁਣ ਦਿੱਲੀ ਜਾਣਾ ਪੈ ਰਿਹਾ, JP ਨੱਡਾ ਹੋਰਾਂ ਨੂੰ ਮਿਲਣਾ ਪੈ ਰਿਹਾ। ਕੌਣ ਮਿਲ ਰਿਹਾ ਸਾਹਿਬ? ਕੱਲ ਅਧਿਕਾਰੀ ਮਿਲੇ ਨੇ, ਪ੍ਰਿੰਸੀਪਲ ਸੈਕਟਰੀ ਨੂੰ ਸਰਕਾਰ ਮੰਨ ਰਹੇ ਹੋ, ਕਿਹਨੂੰ ਮਿਲੇ ਜਾ ਕੇ? JP ਨੱਡਾ ਸਾਹਿਬ ਨੂੰ। JP ਨੱਡਾ ਸਾਹਿਬ ਇੱਕ ਪ੍ਰਧਾਨ ਵੀ ਹੈ, ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ, ਤੇ ਉਹਦੇ ਨਾਲ ਕੈਮੀਕਲ ਐਂਡ ਫਰਟੀਲਾਈਜ਼ਰ ਤੇ ਮੰਤਰੀ ਵੀ ਹੈਲਥ ਦੇ ਨਾਲ ਨਾਲ ਆ ਸ਼ੋਭਾ ਦਿੰਦਾ ਵੀ ਜੇ ਅਗਰ ਅਗਲਾ ਕਹੂਗਾ ਫਿਰ ਸੀਰੀਅਸ ਹੀ ਹੈ ਨੀ ਮਸਲਾ, ਜੇ ਇੱਥੇ ਪ੍ਰਿੰਸੀਪਲ ਸੈਕਟਰੀ ਸਾਹਿਬ ਇਜ਼ ਅ ਵੈਰੀ ਕੇਪੇਬਲ ਆਫਿਸਰ ਸਾਹਿਬ, ਕੈਪਸੀਨਾ ਤੇ ਮੈਂ ਕੋਈ ਕਿਸ ਕਿਸਮ ਦੀ ਕਿੰਤੂ ਪਰੰਤੂ ਨਹੀਂ, ਬਟ ਇੱਕ ਪ੍ਰੋਟੋਕਾਲ ਵੀ ਹੁੰਦਾ ਸਾਹਿਬ, ਸੀਰੀਅਸਨੈਸ ਵੀ ਹੁੰਦੀ ਹੈ, ਜੇ ਫਿਰ ਚਿੱਠੀ ਪਾ ਦਿਓ, ਚਿੱਠੀ ਪਾਤੀ ਸੀ ਚੀਫ ਮਿਨਿਸਟਰ ਸਾਹਿਬ ਨੇ, ਕਹਿੰਦਾ ਚਿੱਠੀਆਂ ਸਾਹਿਬਾ ਚਿੱਠੀ ਨੇ ਪਾਤੀਆਂ ਤੇ ਪਾਤੀ ਇੱਕ ਚਿੱਠੀ, ਚਿੱਠੀਆਂ ਪਾਉਣ ਨਾਲ ਕੀ ਹੁੰਦਾ ਸਾਹਿਬ, ਜਾ ਕੇ ਗੱਲ ਕਰੋ, ਫਿਰ ਕਹਿ ਦਿਓਗੇ BJP ਸਾਡੇ ਨਾਲ ਵਿਤਕਰਾ ਕਰਦੀ ਹੈ ਪੰਜਾਬ ਦੇ ਨਾਲ, ਤੁਸੀਂ ਵਿਤਕਰੇ ਕਰਨ ਵਾਲੇ ਢੰਗ ਕਰ ਰਹੇ ਹੋ ਸਾਹਿਬ,
ਇੱਥੇ ਖੇਡਾਂ ਕਰਾ ਰਹੇ ਤੁਸੀਂ ਕਰੋੜਾਂ ਰੁਪਏ ਜਹਾਜ਼ ਦੇ ਫੂਕਦੇ ਹੋ, ਸਵੇਰੇ ਜਾ ਕੇ ਮਿਲਿਆਂ ਦੇ ਖੇਡਾਂ ਸ਼ਾਮ ਨੂੰ ਕਰਵਾ ਦਿੰਦੇ ਆ ਕੇ, ਨਹੀਂ ਇੱਥੇ ਮੀਟ ਏਅਰ ਕਰਵਾ ਦਿੰਦੇ, ਤੁਹਾਡੇ ਏਡਾ ਕਿਹੜਾ ਹੋਣਾ ਉੱਥੇ ਜਰੂਰ। ਆਰਡੀਐਫ ਦੇ ਪੈਸੇ ਤੁਸੀਂ ਰੋਕ ਲਏ, ਹੈਲਥ ਦੇ ਪੈਸੇ ਤੁਸੀਂ ਰੋਕ ਲਏ, ਪੈਸੇ ਦੇ ਹੀ ਨਹੀਂ ਰਹੇ ਕੋਈ ਵੀ ਕੇਂਦਰ ਸਰਕਾਰ, ਇਸੇ ਕਰਕੇ ਚਿੱਠੀਆਂ ਕਰਕੇ ਤਾਂ ਨਹੀਂ ਪੈਸੇ ਰਿਲੀਜ਼ ਹੁੰਦੇ। ਕੋਈ ਜਾ ਕੇ ਗੱਲਬਾਤ ਉਹਨਾਂ ਦੀ ਕੀ ਓਬਜੈਕਸ਼ਨ ਹੈ ਤੁਸੀਂ ਦੇਖੋ, ਕੋਈ ਸੁਣੋ, ਉਹਦਾ ਹੱਲ ਕੱਢੋ, ਆਪਣੀ ਕਮਿਟਮੈਂਟ ਦਿਖਾਓ ਵੀ ਆਰਡੀਐਫ ਦੇ ਪੈਸੇ ਅਸੀਂ ਆਰਡੀਐਫ ਵਾਸਤੇ ਹੀ, ਉਹ ਜਿਹੜੇ ਰੂਰਲ ਡਿਵੈਲਪਮੈਂਟ ਵਾਸਤੇ ਹੀ ਲਾਵਾਂਗੇ, ਪਰ ਜੇ ਉਹਨਾਂ ਨੂੰ ਜਾ ਕੇ ਤੁਸੀਂ ਸਬਸਿਡੀਆਂ ਹੀ ਵੰਡਣੀਆਂ, ਫਿਰ ਸਭ ਕਿਉਂ ਲੋਕਾਂ ਦੀ ਜੇਬ ਵੱਢੀ ਜਾਂਦੀ? ਤੁਹਾਨੂੰ ਲੱਗਦਾ ਅਧਿਕਾਰੀ ਦੇ ਨਾਲ ਕੋਈ ਅਸਰ ਨਹੀਂ ਪੈਂਦਾ ਸਰ? ਬਟ ਸੀਰੀਅਸਨੈਸ ਤੁਸੀਂ ਡਾਇਲਿਊਟ ਕਰ ਦਿੰਦੇ ਹੋ ਸੀਰੀਅਸਨੈਸ ਨੂੰ। ਅੱਜ ਸਾਨੂੰ ਜਿਹੜੇ, ਕਿਉਂਕਿ ਇੱਕ ਦਿਨ ਚ ਤਾਂ ਆ ਨਹੀਂ ਜਾਣੀ ਸਰ, ਡੀਏਪੀ ਜਿਹੜੀ ਆਣੀ ਹੈ ਉਹਦੀ ਐਲੋਕੇਸ਼ਨ ਹੈ ਆਲਰੇਡੀ ਕਰੀ ਬੈਠੇ ਹੈ, ਕਿਉਂ ਪਹਿਲਾਂ ਜਿਹੜੇ ਇੱਥੇ ਜਿਹੜੇ ਫੇਲ ਹੋਏ ਆ ਸੈਂਪਲ ਕਿੰਨੇ ਪਹਿਲਾਂ ਹੋਏ ਹੈ, ਉਹਦੀ ਰਿਸਪੋਂਸੀਬਿਲਿਟੀ ਫਿਕਸ ਹੋਏ ਵੀ ਕਿੱਥੋਂ ਤੁਸੀਂ ਮਾਲ ਭੇਜਿਆ ਸੀਗਾ, ਕਿਉਂ ਉਸ 'ਚ ਨੁਕਸ ਹੈ, ਸਭ ਬਹੁਤ ਸਾਰੀਆਂ ਗੱਲਾਂ ਸਭ ਜਾਣਾ। ਤਾਂ ਦੇਖੋ ਅਗਰ ਮੁੱਖ ਮੰਤਰੀ ਸਾਹਿਬ ਜਾਣਗੇ, ਭਗਵੰਤ ਮਾਨ ਜੀ, ਕੈਪ ਸਿੰਨਾ ਜੀ ਨਾਲ ਜਾਣਗੇ, ਟੈਕਨੀਕੈਲਿਟੀਜ਼ ਤਾਂ ਐਕਸਪਲੇਨ ਕਰ ਸਕਦੇ ਸਨ, ਬਟ ਇਹ ਪੋਲੀਟੀਕਲ ਇਸ਼ੂਜ਼ ਹੈ। ਤੁਸੀਂ ਉਹਨੂੰ ਜਾ ਕੇ, ਪੰਜਾਬ ਦੀ ਖੇਤੀਬਾੜੀ ਦਾ ਮਸਲਾ ਹੈ, ਉਹਦੇ 'ਚ ਤੁਸੀਂ ਮਤਲਬ ਸੁਨੇਹਾ ਖੇਤੀ ਨਹੀਂ ਪੱਕਦੀ ਸਭ, ਸਾਡੇ ਕਿਸਾਨੀ 'ਚ ਹੈ ਸੁਨੇਹਾ ਖੇਤੀ ਨਹੀਂ ਪੱਕਦੀ ਹੁੰਦੀ, ਆ ਤੁਸੀਂ ਸੁਨੇਹਾ ਖੇਤੀ ਪਕਾਉਣਾ ਚਾਹੁੰਦੇ ਹੋ, ਬਾਅਦ 'ਚ ਜਿਵੇਂ ਉਹ ਅਕਾਲੀ ਕਰੀ ਜਾਂਦੇ ਵੀ ਸਾਨੂੰ ਇਹਨਾਂ ਨੇ ਬੀਜੇਪੀ ਨੇ ਤੋੜਤਾ, ਇਹ ਕਹਿਣਗੇ ਪੰਜਾਬ ਨੂੰ ਬੀਜੇਪੀ ਨੇ ਤੋੜਤਾ, ਹੋਰ ਇਹਨਾਂ ਕੋਲ ਕੋਈ ਕਹਾਣੀ ਹੈ ਨਹੀਂ ਸਰ। ਕਿਉਂਕਿ ਇੱਕ ਮਸਲਾ ਪੰਜਾਬ 'ਚ ਬਹੁਤ ਜ਼ਿਆਦਾ ਗੂੰਜ ਰਿਹਾ, ਉਹ ਮਸਲਾ ਵੈ ਕੰਗਨਾ ਰਣੌਤ ਹੋਰਾਂ ਦਾ। ਕੰਗਨਾ ਰਣੌਤ ਦੇ ਬਿਆਨ ਨੂੰ ਲੈ ਕੇ ਬਹੁਤ ਵਿਰੋਧ ਹੋ ਰਿਹਾ, ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਬਹੁਤ ਵਿਰੋਧ ਹੋ ਰਿਹਾ, ਫਿਲਮ ਨੂੰ ਕਲੀਨ ਚਿੱਟ ਵੀ ਨਹੀਂ ਮਿਲੀ, ਔਰ ਜਿਹੜੇ ਬਿਆਨ ਦਿੱਤੇ ਕਿ ਕਿਸਾਨ ਅੰਦੋਲਨ ਦੇ ਵਿੱਚ ਰੇਪ ਹੋਏ, ਕਿਸਾਨ ਅੰਦੋਲਨ ਦੇ ਵਿੱਚ ਲਾਸ਼ਾਂ ਟੰਗੀਆਂ ਗਈਆਂ, ਕਿਸ ਤਰੀਕੇ ਨਾਲ, ਕਿਉਂਕਿ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ। ਦੇਖੋ ਪਹਿਲਾਂ ਅਗਰ ਕੋਈ ਬੰਦਾ ਕੰਗਨਾ ਰਣੌਤ ਨੂੰ ਜਾਣਦਾ ਸੀ ਜਾਂ ਨਹੀਂ ਜਾਣਦਾ ਸੀਗਾ, ਹੁਣ ਇੰਨਾ ਉਹਦੇ ਖਿਲਾਫ਼ ਬੋਲ ਕੇ ਉਹਨੂੰ ਬਣਾਤਾ, ਅਗਲਾ ਪੁੱਛਦਾ ਸ਼ੈ ਕੀ ਹੈ, ਇਹਨੂੰ ਇੰਨਾ ਤੂਲ ਦੇਣ ਦੀ ਕਿੱਡੀ ਕੀ ਗੱਲ ਹੈ, ਕੌਣ ਕੰਗਨਾ ਰਣੌਤ ਹੈ? ਉਹ ਤਾਂ ਚਲੋ ਹੁਣ ਐਮ ਪੀ ਬਣੇ, ਐਮ ਪੀ ਬਣੇ ਤਾਂ ਡੇਢ ਮਹੀਨੇ ਹੋਏ ਹੋਣਾ, ਦੋ ਮਹੀਨੇ ਹੋ ਗਏ, ਉਸ ਤੋਂ ਪਹਿਲਾਂ ਤੁਸੀਂ ਇੱਕ ਹੀਰੋਇਨ ਬੈਠੀ ਉੱਥੇ ਬੰਬੇ, ਕੋਈ ਬਿਆਨ ਛੱਡ ਰਹੀ ਉਹਨੂੰ ਲਾਲਾ ਲਾਲਾ ਉਹਦੀ ਕਰੀ ਜਾਂਦੇ, ਲੋਕਾਂ ਨੂੰ ਪਤਾ ਨਹੀਂ ਸੀ, ਉਹ ਵੀ ਪੁੱਛਣ ਲੱਗੇ ਵੀ ਆਹ ਕੀ ਸ਼ੈ, ਤੇ ਜ਼ਿਆਦਾ ਤੂਲ ਦੇਣ ਦੀ ਵੀ ਲੋੜ ਨਹੀਂ ਸਾਬ। ਬਾਕੀ ਬੀਜੇਪੀ ਨੇ ਕਲੀਅਰ ਕਰਤਾ ਵੀ ਆ ਅੱਗੇ ਤੋਂ ਮੁੜ ਕੇ ਅਜੇ ਬਿਆਨ ਵੀ ਨਹੀਂ ਦੇਣੇ। ਜੇਪੀ ਨੱਡਾ ਨਾਲ ਮੁਲਾਕਾਤ ਵੀ ਹੋਈ ਕੰਗਨਾ ਦੀ, ਉਦੋਂ ਕਿਹਾ ਵੀ ਕਿ ਇਹ ਚੀਜ਼ ਕਿਉਂਕਿ ਪੱਲਾ ਵੀ ਝਾੜ ਲਿੱਤਾ ਗਿਆ, ਪੱਲਾ ਵੀ ਨਹੀਂ ਝਾੜ ਲਿਆ, ਉਹਨਾਂ ਲਿਖ ਕੇ ਦਿੱਤਾ ਸਾਹਿਬ, ਨੋਰਮਲੀ ਇਸ ਕਿਸਮ ਦੇ ਰਿਪਰੀਮਾਂਡ ਹੁੰਦਾ ਨਹੀਂ ਪਾਰਟੀ 'ਚ, ਉਹਨਾਂ ਲਿਖ ਕੇ ਭੇਜਤਾ ਵੀ ਤੁਸੀਂ ਇਸ ਮਸਲਿਆਂ 'ਤੇ ਬੋਲਣ ਦੀ ਕੋਈ ਲੋੜ ਨਹੀਂ, ਯੂ ਆਰ ਨਾਟ ਅਥੋਰਾਈਜ਼ਡ। ਲੇਕਿਨ ਅਕਾਲੀ ਕਾਂਗਰਸ ਤੁਹਾਡੇ ਤੇ ਨਿਸ਼ਾਨਾ ਸਾਧ ਰਹੇ, ਪਾਰਟੀ ਦੇ ਨਿਸ਼ਾਨਾ ਸਾਧ ਰਹੇ, ਕਹਿ ਰਿਹਾ ਤਾਂ ਸਾਰੇ ਹਰੇਕ ਮਾੜਾ ਕੰਮ ਕਿਹਨੇ ਕੀਤਾ, ਉਹ ਕਹਾਣੀ ਹੋਈ ਖੜੀ ਹੈ, ਸਾਰਿਆਂ ਨੇ ਉਧਰਲੇ ਪਾਸੇ ਬੀਜੇਪੀ ਨਹੀਂ ਕਰ ਦਿੰਦੇ ਹੈ, ਆਪਣੀ ਕਮਜ਼ੋਰੀਆਂ ਨਹੀਂ ਦੇਖਦੇ, ਪਾਰਟੀ ਕਮਜ਼ੋਰ ਹੋ ਰਹੀ ਹੈ ਜਾਂ ਟੁੱਟ ਰਹੀ ਹੈ ਤਾਂ ਆਪਣੀ ਆਪਣਾ ਸੰਭਾਲੋ, ਉਹਦੇ ਵਿੱਚ ਕੀ ਹੈ, ਤੇ ਜੇ ਤੁਹਾਡੇ ਖਾਦ ਨਹੀਂ ਮਿਲ ਰਹੀ ਤੇ ਜਾ ਕੇ ਪੈਰਵਾਈ ਕਰੋ, ਜੇ ਆਰਡੀਐਫ ਨਹੀਂ ਹੈ ਤਾਂ ਤੁਸੀਂ ਜਾ ਕੇ ਸੁਪਰੀਮ ਕੋਰਟ 'ਚ ਹੋਗੇ, ਹੁਣ ਸਬ ਜੁਡੀਸ ਮਸਲਾ ਹੈ, ਉਹਦੇ 'ਚ ਕੀ ਕਰ ਦੇਣਗੇ ਸਭ, ਸਿੰਪਲ ਜੀ ਗੱਲ ਹੈ। ਹੁਣ ਮੇਰੇ ਖਿਆਲ 2 ਸਪਟੰਬਰ ਨੂੰ ਉਹਦੀ ਹੇਅਰਿੰਗ ਹੈ ਸੁਪਰੀਮ ਕੋਰਟ 'ਚ, ਜੇ ਫਿਰ ਲੰਬੀ ਤਰੀਕ ਪੈ ਗਈ ਫਿਰ ਲਟਕ ਜੂਗਾ ਕੰਮ, ਤੁਸੀਂ ਜਾ ਕੇ ਬੈਠ ਕੇ ਜੀ ਅਸੀਂ ਕਿਹੜੇ ਦੂਜੇ ਮੁਲਕ 'ਚ ਬੈਠੇ ਹਾਂ, ਪੰਜਾਬ ਦੇ ਹੈਗਾ ਤੇ ਬੈਠ ਕੇ ਸਾਡਾ ਮਸਲਾ ਹੱਲ ਕਰੋ, ਇੰਡਸਟਰੀਅਲ ਪਾਰਕ ਦਿੱਤਾ ਹੈ, ਇਹ ਕੋਈ ਗਏ ਸੀਗੇ ਕਿ ਉੱਥੇ? ਇਹਨਾਂ ਨੂੰ ਪਤਾ ਹੀ ਨਹੀਂ ਮੇਰੇ ਖਿਆਲ 'ਚ, ਭਗਵੰਤ ਮਾਨ ਜੀ ਦਾ ਜੇ ਗਏ ਨਹੀਂ, ਮਹਾਰਾਣੀ ਪ੍ਰਨੀਤ ਕੌਰ ਨੇ ਉੱਥੇ ਹੁਣ ਪਰਸੋਂ ਕੱਲ ਫੰਕਸ਼ਨ ਵੀ ਰੱਖ ਰੱਖਿਆ ਸਾਰੇ ਇੰਡਸਟਰੀਜ਼ ਦੇ ਨਾਲ, ਇਹਨਾਂ ਨੂੰ ਤਾਂ ਅਖਬਾਰ 'ਚ ਪਤਾ ਲੱਗਿਆ ਵੀ ਉੱਥੇ ਇੰਡਸਟਰੀਅਲ ਪਾਰਕ ਦੇ ਤਾ। ਦੇਖੋ ਪੰਜਾਬ ਦੇ ਨਾਲ ਵਿਤਕਰਾ ਕੇਂਦਰ ਸਰਕਾਰ ਨਹੀਂ ਕਰ ਰਹੀ, ਪੰਜਾਬ ਦੇ ਅੰਦਰ ਗਵਰਨਮੈਂਟ ਨਾਮ ਦੀ ਚੀਜ਼ ਹੀ ਨਹੀਂ ਸਭ। ਭਗਵੰਤ ਮਾਨ ਜੀ ਆਪਣੀ ਕੁਰਸੀ ਨੂੰ ਪਹਿਲਾਂ ਕਈ ਦਿਨ ਥੋੜੇ ਜਿਹੇ ਨਿਖਰੇ ਸੀਗੇ, ਹੁਣ ਮੇਰੇ ਖਿਆਲ ਲੱਗਦਾ ਬਦਲ ਫੇਰ ਮੰਡਰਾਉਣ ਲੱਗੇ, ਚੱਡਾ ਸਾਹਿਬ ਫੇਰ ਆ ਕੇ ਬਹਿ ਗਏ, ਕਹਿੰਦੇ ਚੰਡੀਗੜ੍ਹ ਆ ਕੇ ਕੋਠੀ 'ਚ ਇੱਥੇ
ਪਤਾ ਨੀ ਦੇਖੇ ਨੀ ਆ ਗਏ ਦੇਖੇ ਘੱਟ ਹੈ ਤੁਸੀਂ ਜ਼ਿਆਦਾ ਦੇਖਿਆ ਗਰਾਊਂਡ ਕੰਮ ਉਹਨਾਂ ਦਾ ਜ਼ਿਆਦਾ ਚੱਲ ਰਿਹਾ ਅੱਜ ਕੱਲ ਫੇਰ ਬਿਊਰੋਕਰੇਸੀ ਸਾਰੀ ਉੱਥੇ ਜਾ ਕੇ ਢੁਕਣ ਲੱਗੀ ਤੇ ਕੰਮ ਫੇਰ ਉਹ ਥੋੜੇ ਇਸੇ ਕਰਕੇ ਹੁਣ ਇਹਨਾਂ ਨੇ ਬਿਊਰੋਕਰੇਸੀ ਭੇਜਤੀ ਐਵੇਂ ਇੱਕ ਸੁਨੇਹਾ ਦੇ ਰਹੇ ਹੈ ਉਤਲਿਆਂ ਨੂੰ ਵੀ ਜੇ ਬਿਊਰੋਕਰੇਸੀ ਨਾਲ ਕੰਮ ਚੱਲਦਾ ਤਾਂ ਇਹਨਾਂ ਨਾਲ ਚਲਾ ਲਓ ਜਦੋਂ ਮੁੱਖ ਮੰਤਰੀ ਬਣਾਇਆ ਤੇ ਕੇਜਰੀਵਾਲ ਸਾਹਿਬ ਜੇ ਅੰਦਰ ਬੈਠੇ ਉਹਨਾਂ ਨੂੰ ਪੂਰੀ ਛੂਟ ਦੇਣੀ ਚਾਹੀਦੀ ਹੈ ਭਗਵੰਤ ਮਾਨ ਜੀ ਨੂੰ ਦੂਜਾ ਰਾਜਪਾਲ ਦੇ ਨਾਲ ਤਲਖੀ ਦੇਖਣ ਨੂੰ ਮਿਲੀ ਸੀ ਲੇਕਿਨ ਅੱਜ ਇਕੱਠੇ ਜਹਾਜ਼ ਚ ਮੁੱਖ ਮੰਤਰੀ ਤੇ ਰਾਜਪਾਲ ਅੰਮ੍ਰਿਤਸਰ ਗਏ ਦਰਬਾਰ ਸਾਹਿਬ ਮੱਥਾ ਟੇਕ ਰਹੇ ਨੇ ਦੁਰਗਿਆਣਾ ਮੰਦਰ ਮੱਥਾ ਟੇਕ ਰਹੇ ਨੇ ਕਿਉਂਕਿ ਪਿਛਲੀ ਜਿਹੜੇ ਰਾਜਪਾਲ ਸੀਗੇ ਬਨਵਾਰੀ ਲਾਲ ਹੋਰੀ ਉਹਨਾਂ ਨਾਲ ਕਾਫੀ ਤਲਖੀ ਸੀਗੀ ਅੱਛੀ ਗੱਲ ਹੈ ਸਾਹਿਬ ਤਲਖੀ ਹੋਣੀ ਨੀ ਚਾਹੀਦੀ ਸਰ ਮੈਂ ਰਾਜਨੀਤਿਕ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ ਦਿਨ ਬ ਦਿਨ ਤਲਖੀਆਂ ਵਧਦੀਆਂ ਜਾ ਰਹੀਆਂ ਗਵਰਨਰ ਸਾਹਿਬ ਨਾਲ ਕੀ ਆਪਸ ਚ ਰਾਜਨੀਤਿਕ ਪਾਰਟੀਆਂ ਚ ਕੀ ਇੱਕ ਬਹੁਤ ਸੁਹਾਵੇਂ ਮਾਹੌਲ ਚ ਰਾਜਨੀਤੀ ਹੋਣੀ ਚਾਹੀਦੀ ਪੰਜਾਬ ਸ਼ੁੱਡ ਬੀ ਦਾ ਟਾਰਗੇਟ ਪੰਜਾਬ ਵਾਸਤੇ ਕੰਮ ਕਰੋਗੇ ਨਾ ਤਾਂ ਇੱਧਰ ਤਲਖੀ ਹੋਣੀ ਨਾ ਆਪਸ ਚ ਤਲਖੀ ਹੋਣੀ ਹੁਣ ਪੰਜਾਬ ਬੀਜੇਪੀ ਦਾ ਏਜੰਡਾ ਕੀ ਹੈ ਕੀ ਰੋਡ ਮੈਪ ਹੈ ਕੀ 27 ਦੀ ਤਿਆਰੀ ਹੈ ਜਾਂ ਅੱਗੋਂ ਜਿਮਨੀ ਚੋਣਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਤਿਆਰੀ ਕੀ ਪਲੈਨਿੰਗ ਤੁਹਾਡੇ ਵੱਲੋਂ ਹੁਣ ਤੁਹਾਡੇ ਅੱਗੇ ਕਿਉਂਕਿ ਤੁਸੀਂ ਕਾਫੀ ਸਮਾਂ ਬਾਹਰ ਵੀ ਲਗਾ ਕੇ ਆਏ ਇੱਥੇ ਬੈਠੀ ਜਿਹੜੀ ਬੀਜੇਪੀ ਦੇ ਪੁਰਾਣੇ ਲੀਡਰ ਕੁਛ ਖਫਾ ਵੀ ਸੀ ਨਾਰਾਜ਼ ਵੀ ਸੀ ਦੇਖੋ ਸਾਹਿਬ ਬੀਜੇਪੀ ਦਾ ਏਜੰਡਾ ਤੇ ਇੱਕ ਮਾਤਰ ਜਿਹੜਾ ਪੰਜਾਬ ਬੀਜੇਪੀ ਦਾ ਏਜੰਡਾ ਪੰਜਾਬ ਹੈ ਪੰਜਾਬ ਦੀ ਬਿਹਤਰੀ ਕਿੱਥੇ ਉਹਦੇ ਵਾਸਤੇ ਪਾਰਟੀ ਕੀ ਕਰ ਸਕਦੀ ਹੈ ਤੇ ਅੱਜ ਸਾਡੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਕਿਉਂਕਿ ਇਹ ਤਾਂ ਜਿਹੜੇ ਆ ਦੋਨੋਂ ਰਲੇ ਫਿਰਦੇ ਅਪੋਜੀਸ਼ਨ ਤੇ ਸਰਕਾਰ ਇਕੱਠੀ ਹੈ ਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਅਸੀਂ ਆਪਣਾ ਪ੍ਰਯਾਸ ਕਰ ਰਹੇ ਹਾਂ ਸਾਡਾ ਜਿਹੜਾ ਇਮੀਡੀਏਟ ਏਜੰਡਾ ਹੈ ਪਾਰਟੀ ਮੈਂਬਰਸ਼ਿਪ ਜਿਹੜੀ ਹੈ ਹਰ 5 ਸਾਲ ਦੇ ਬਾਅਦ 6 ਸਾਲ ਦੇ ਬਾਅਦ ਰਿਨਿਊ ਹੁੰਦੀ ਹੈ ਉਹ ਅਸੀਂ 2 ਪਰਸੋਂ ਤੋਂ ਚਾਲੂ ਕਰ ਰਹੇ ਹਾਂ ਤੇ ਉਹਦੇ ਬਾਅਦ ਨਾਲ ਨਾਲ ਸਾਰੀ ਪੋਲੀਟੀਕਲ ਐਕਟੀਵਿਟੀ ਵੈਦਰ ਜਿਹੜੇ ਆ ਬਾਈ ਇਲੈਕਸ਼ਨ ਆਉਣਗੇ ਪੰਚਾਇਤਾਂ ਦੇ ਵੀ ਇਲੈਕਸ਼ਨ ਆਉਣੇ ਹੈ ਲੋਕਲ ਬਾਡੀਜ਼ ਬਾਕੀਆਂ ਦੇ ਵੀ ਹੋਣੇ ਹੈ ਸਾਰੇ ਇਲੈਕਸ਼ਨਸ ਦਾ ਇਸ ਕੰਟੀਨਿਊਸ ਪ੍ਰੋਸੈਸ ਕੈਬਨਿਟ ਨੇ ਸੋਧ ਕੀਤਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਿ ਕੋਈ ਵੀ ਸਿਆਸੀ ਪਾਰਟੀ ਦਖਲ ਨਹੀਂ ਦੇ ਸਕਦੀ ਹੁਣ ਫਿਰ ਮੈਂ ਫਿਰ MLA ਵੀ ਕਿਉਂ ਨੀ ਕਰ ਦਿੰਦੇ ਵੀ ਸਾਰੇ ਇੰਡੀਪੈਂਡੈਂਟ ਲੜਕੇ ਆਓ ਬਿਨਾਂ ਦਖਲ ਹੀ ਆ ਜਾਓ ਉਹਦੇ ਬਾਅਦ ਕਰ ਲਾਂਗੇ ਸਰ ਦੇਖੋ ਆਪਣੀ ਆਪਣੀ ਸੋਚ ਹੈ ਮੈਂ ਇਸ ਗੱਲ ਤੋਂ ਇਹਦੇ ਬੈਨੀਫਿਟਸ ਵੀ ਹੈ ਦੇਖੋ ਸ਼ਹਿਰਾਂ ਜਿਹੜੇ ਪਿੰਡਾਂ ਦੇ ਅੰਦਰ ਪਹਿਲਾਂ ਪੰਚਾਇਤ ਹੁੰਦੀ ਸੀ ਕੋਈ ਇਲੈਕਸ਼ਨ ਨਹੀਂ ਹੁੰਦੇ ਸੀ ਲੋਕ ਜਿਹੜੇ ਸਿਰਫ ਮੋਢੀ ਜਿਹੜੇ ਜ਼ਿੰਮੇਵਾਰ ਜਿਹਨਾਂ ਤੇ ਲੋਕਾਂ ਦਾ ਵਿਸ਼ਵਾਸ ਸੀਗਾ ਉਹ ਅੱਗੇ ਬੈਠ ਕੇ ਪੰਚਾਇਤੀ ਕਰਾਉਂਦੇ ਸੀਗੇ ਹੁਣ ਰਾਜਨੀਤੀ ਚ ਇੱਕ ਦੂਜੇ ਇੱਕ ਕਰਪਸ਼ਨ ਤੇ ਇੱਕ ਆ ਧੜੇਬੰਦੀ ਲੈ ਕੇ ਬਹਿ ਗਈ ਪਿੰਡਾਂ ਨੂੰ ਅੱਛਾ ਕਾਂਗਰਸ ਬੜੀ ਖੁਸ਼ ਹੈ ਕਹਿੰਦੇ ਕਿ ਜਿਹੜੇ ਬੀਜੇਪੀ ਚ ਗਏ ਸੀ ਉਹ ਵਾਪਸ ਲੈ ਕੇ ਆ ਰਹੇ ਹੈ ਚਾਹੇ ਰਾਜਕੁਮਾਰ ਵੇਰਕਾ ਹੋਣ ਚਾਹੇ ਬਲਬੀਰ ਸਿੱਧੂ ਹੋਣ ਹੁਣ ਸੁੰਦਰ ਸ਼ਾਮ ਵੀ ਚਲੇ ਗਏ ਵਾਪਸ ਦੇਖੋ ਖੁਸ਼ ਹੋਣ ਦਾ ਜਿਹੜਾ ਠੀਕ ਹੈ ਉਹਨਾਂ ਦੇ ਆਪਣੇ ਬੰਦੇ ਵਾਪਸ ਆ ਗਏ ਪਰ ਉਹਨਾਂ ਨੇ ਕਿਵੇਂ ਐਕਸਪਲੇਨ ਕਰਨਗੇ ਕੱਲ ਤਾਂ ਇਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਸੀ ਵੀ ਇਹ ਤਾਂ ਇਹ ਹੈ ਜੀ ਇਹ ਤਾਂ ਗੱਦਾਰ ਹੈ ਜੀ ਇਹ ਤਾਂ ਵਿਕ ਗਏ ਜੀ ਹੁਣ ਕੀ ਕਹਾਂਗੇ ਉਹਨਾਂ ਨੂੰ ਮੇਰੇ ਤਾਂ ਸਾਰੇ ਦੋਸਤ ਹੈ ਚਾਹੇ ਸਿੱਧੂ ਸਾਹਿਬ ਹੈ ਚਾਹੇ ਕਾਂਗੜ ਸਾਹਿਬ ਹੈ ਕਾਂਗੜ ਸਾਹਿਬ ਨਾਲ ਤਾਂ ਮੇਰਾ ਪਿਆਰ ਹੀ ਬਹੁਤ ਹੈ ਮੇਰੇ ਸੁੰਦਰ ਸ਼ਾਮ ਬਹੁਤ ਬਹੁਤ ਨਜ਼ਦੀਕ ਹੈ ਸੋ ਠੀਕ ਹੈ ਸਾਹਿਬ ਉਹਨਾਂ ਨੂੰ ਲੈਸ ਹੋਪ ਵੀ ਉਹਨਾਂ ਨੂੰ ਬਣਦੇ ਇੱਜ਼ਤ ਮਾਨ ਸਤਿਕਾਰ ਉੱਥੇ ਮਿਲੂਗਾ ਤੇ ਫੇਰ ਨਾ ਕਿਤੇ ਖੁੱਡੇ ਲੈਣ ਬਿਠਾ ਦੇਣ ਵੀ ਇਹ ਤਾਂ ਉੱਥੇ ਜਾ ਕੇ ਸੁਨੀਲ ਨਾਲ ਤੁਰੇ ਫਿਰਦੇ ਸੀਗੇ